Thank you.
ਰਿਹਾ ਇੱਕ ਗੱਲ ਨੂੰ ਲੈ ਕੇ ਤੁਰ ਪੈਂਦੇ ਹਾਂ। ਕਈ ਵਾਰ ਉਹ ਗੱਲ ਸਾਡੇ ਜੀਵਨ ਦਾ ਹਿੱਸਾ ਸਮੇਂ ਸਮੇਂ ਨਾਲ ਬਣ ਜਾਂਦੀ ਹੈ ਬਣ ਜਾਂਦੀ ਹੈ ਪਰ ਉਹ ਗੱਲ ਬਣਦੀ ਹੈ ਜੀਵਨ ਦਾ ਹਿੱਸਾ ਉਹ ਸਿਧਾਂਤ ਨਹੀਂ ਬਣਦਾ। ਸ਼ਬਦ ਬੜਾ ਪ੍ਰਚਲਿਤ ਸੁਖੀ ਉਹਨਾਂ ਨੇ ਦੋ ਸ਼ਬਦ ਪਿਛਲੀ ਵਾਰ ਦਿੱਤੇ ਸਨ ਇੱਕ ਪੁੱਤਾ ਮਾਤਾ ਕੀ ਅਸੀਂ ਸੋ ਪੜ ਚੁੱਕੇ ਵਿਚਾਰ ਵਿੱਚ ਇੱਕ ਇਹ ਸ਼ਬਦ ਸੀ ਵੀ ਇਹ ਵੀ ਸਮਝਣਾ ਚਾਹੀਦਾ ਬੜੀ ਚੰਗੀ ਬਲਕਿ ਉਹ ਸ਼ਬਦ ਜਿਹੜੇ ਪ੍ਰਚਲਿਤ ਹੋ ਕੇ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਨੇ ਉਹਨਾਂ ਨੂੰ ਸਮਝਣਾ ਹੋਰ ਬਹੁਤ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਸਮੇਂ ਨਾਲ ਉਹ ਜੀਵਨ ਦਾ ਹਿੱਸਾ ਤਾਂ ਬਣ ਜਾਣ ਪਰ ਗੱਲ ਕਰਕੇ ਇਸ ਵਿੱਚੋਂ ਸਾਨੂੰ ਐਨਿਕ ਲਫ਼ਜ਼ ਬੜੇ ਚੰਗੇ ਲੱਗੇ ਨੇ ਇਸ ਲਈ ਅਸੀਂ ਉਹਨਾਂ ਲਫ਼ਜ਼ਾਂ ਦੇ ਘੇਰੇ ਵਿੱਚ ਆ ਕੇ ਵਾਰ ਵਾਰ ਸ਼ਬਦ ਦੁਹਰਾਇਆ ਹੈ। ਉਹ ਲਫ਼ਜ਼ ਇਹ ਕਿ ਜੋ ਮਨ ਵਿੱਚ ਕਰਾ ਸੋਈ ਸੋਈ ਇਸ ਤੋਂ ਵੱਡੀ ਹੋਰ ਸਹੂਲਤ ਵਾਲੀ ਗੱਲ ਕੀ ਹੈ ਇਹ ਵੀ ਇੱਕ ਲਾਲਚ ਜਦੋਂ ਸਾਨੂੰ ਪਤਾ ਲੱਗੇ ਕਿ ਇਸ ਦਰਬਾਰ ਵਿੱਚੋਂ ਜੋ ਮੰਗੀਏ ਉਹ ਮਿਲ ਜਾਂਦਾ ਤਾਂ ਜਿੰਨੇ ਸੰਸਾਰ ਦੇ ਲੋਕ ਨੇ ਉਹਨਾਂ ਨੂੰ ਮੰਗਾਂ ਤਾਂ ਬਹੁਤ ਸਾਰੀ ਮੰਗੀਆਂ ਲਿਸਟਾਂ ਨੇ ਹਰ ਘਰ ਵਿੱਚ ਹੀ ਨੇ ਬਲਕਿ ਦਿਨ ਬੋ ਦਿਨ ਮੰਗ ਦੀਆਂ ਲਿਸਟਾਂ ਵੱਧਦੀਆਂ ਜਾਂਦੀਆਂ। ਮੈਂ ਕਲਾਸ ਕੀਤੀ ਸੀ ਪਹਿਲੇ ਵਿਆਹ ਹੋ ਜਾਏ ਮੁੜ ਸੰਤਾਨ ਹੋ ਜਾਏ ਮੁੜ ਪੜ੍ਹੀ ਲਿਖੀ ਹੋ ਜਾਏ ਚੰਗੇ ਅਹੁਦੇ ਤੇ ਚਲੀ ਜਾਏ ਫਿਰ ਉਹ ਮੇਰੇ ਲਾਇਕ ਵੀ ਹੋਵੇ ਮੰਗ ਦੀ ਲਿਸਟ ਅੱਗੇ ਤੋਂ ਅੱਗੇ ਤੁਰੀ ਜਾਂਦੀ ਲੋੜਾਂ ਘਟਦੀਆਂ ਨਹੀਂ ਵੱਧਦੀਆਂ ਨੇ ਜਿਹਦੇ ਕੋਲ ਮੰਗਾਂ ਦੀ ਬੜੀ ਵੱਡੀ ਲਿਸਟ ਹੋਵੇ ਉਹਨੂੰ ਕੋਈ ਆਖ ਦੇਵੇ ਵੀ ਜੋ ਤੂੰ ਮੰਗੇਗਾ ਤੈਨੂੰ ਮਿਲੇਗਾ ਕੁਦਰਤੀ ਗੱਲ ਹੈ ਇਸ ਲਾਲਚ ਵਿੱਚ ਆ ਜਾਣਾ ਪਰ ਮੈਂ ਸਮਝਦਾ ਵੀ ਸਾਨੂੰ ਜਾਣੇ ਅਣਜਾਣੇ ਅੱਗੇ ਨਹੀਂ ਤੁਰਿਆ ਜਾਣਾ ਚਾਹੀਦਾ ਗੱਲ ਨੂੰ ਪੂਰੀ ਨੂੰ ਸਮਝ ਲੈਣਾ ਚਾਹੀਦਾ ਗੱਲ ਠੀਕ ਹੈ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਬਾਦਸ਼ਾਹ ਰਾਜੇ ਮੰਗਦੇ ਵੀ ਉਹਦੇ ਦਰਵਾਜ਼ੇ ਤੇ ਆਉਂਦੇ ਨੇ ਕਈ ਅਹਿਲਕਾਰ ਵੀ ਆਉਂਦੇ ਨੇ ਕਈ ਚੰਗੇ ਭੱਜਦੇ ਪੁੱਜਦੇ ਸੜਦੇ ਜੀਵਨ ਵਾਲੇ ਅਮੀਰ ਆਦਮੀ ਵੀ ਅਨੇਕਾਂ ਤਰ੍ਹਾਂ ਦੀਆਂ ਆਪਣੀਆਂ ਕਿਸਮ ਦੀਆਂ ਮੰਗਾਂ ਲੈ ਕੇ ਐਪਲੀਕੇਸ਼ਨ ਲੈ ਕੇ ਦਰਖਾਸਤਾਂ ਲੈ ਕੇ ਉਹ ਵੀ ਆਉਂਦੇ ਨੇ ਦਰਵਾਜ਼ੇ ਤੇ ਉਹ ਹਰ ਇੱਕ ਦੀ ਦਰਖਾਸਤ ਨੂੰ ਐਪਲੀਕੇਸ਼ਨ ਨੂੰ ਪੜ੍ਹਦਾ ਹੈ ਪੜ੍ਹ ਕੇ ਉਸ ਪ੍ਰਤੀ ਫੈਸਲਾ ਕਰਦਾ ਹੈ ਇਹਦੀ ਮੰਗ ਜਾਇਜ਼ ਹੈ ਕਿ ਨਜਾਇਜ਼ ਹੈ ਇਹਦਾ ਕੇਸ ਦਰੁਸਤ ਹੈ ਕਿ ਨਹੀਂ ਦਰੁਸਤ ਯੋਗ ਹੈ ਕਿ ਨਹੀਂ ਯੋਗ ਸਾਰੇ ਗੁਰੂ ਨੇ ਵੀ ਬਾਣੀ ਅੰਦਰ ਰੱਖ ਦਿੱਤਾ ਜਗਤ ਕਿਉਂਕਿ ਮੰਗਾਂ ਦੀ ਲਿਸਟ ਹਰ ਕੋਲ ਹੈ ਪਰ
इस शब्द की इस लाइन से खलो ना जाए जरा चुफेरे देखे इन दे कुछ लफज नहीं जिन्हें असं समझ इन दे एक लफज जाने केंद्रीय शब्द दे लफज ध्यान दे एक लफज जाने एक लफज दास है जिन्हों का अर्थ एक जन ते दास दो लफज ने एक लफज है अपना ये तीन लफज याद रखियो अपने सारे इस विचार में सब बहुत कुछ मिल जाएगा जो मांगे ठाकर अपने का लफज जिहड़ा है आख्या गया साढ़े लिए दरवाजे बंद नहीं ये नहीं कि तेरे वास्ते नहीं या मेरे वास्ते नहीं सारे संसार लिए रब का मालिक का दरवाजा खुला आप आम करके एक शब्द होर भी पढ़ने जिंदी पहली लाइन दोहरा दिया सारे ब्रह्मांड का मालिक है सिर उपर कर धारे तेरे ते रहमत भरी निगाह भी होती है ताई तेरे दुख निवृत्त होए ने कृपा कटाक्ष अवलोकन कीनो अवलोकन का मतलब था देखना उन्हें कृपा भरी रहमत भरी निगाह नाल तेनू देखिया ताई दुख निकले पर किंदा नाल लफज की वर्त है कृपा कटाक्ष अवलोकन कीनो किनु दास का दुख बिदारे गलते दास दी चल रही गलते जन भी चल रही है ठीक है कि जो मांगे ठाकर अपने थे पर गल ते दास नहीं चल रही वो तो तू ध्यान नहीं दे रहे तेन दास बनना आता लोग हम जरा इतनी खड़ोना चाहते दास का दुख बेदार हाल जाने
ਜਨ ਦਾ ਲਫ਼ਜ਼ ਆ ਗਿਆ। ਹੁਣ ਦਾਸ ਤੇ ਜਨ ਦੋਨੋਂ ਹੀ ਰੱਬ ਦੇ ਪ੍ਰਭੂ ਦੇ ਬਹੁਤ ਨੇੜੇ ਨੇ। ਮੰਗਤਾ ਹੋਰ ਚੀਜ਼ ਹੈ, ਘਰ ਦਾ ਨੌਕਰ ਹੋਣਾ ਹੋਰ ਗੱਲ ਹੈ। ਕੋਈ ਦਰਵਾਜ਼ੇ ਦੇਖ ਲਓ ਤਾਂ ਅਮੀਰ ਆਦਮੀ ਵੀ ਐਪਲੀਕੇਸ਼ਨ ਰਾਜੇ ਦੇ ਦਰਬਾਰ ਵਿੱਚ ਆ ਸਕਦਾ ਹੈ, ਪਰ ਉਹ ਅੰਦਰ ਇੱਕ ਨੌਕਰ ਕੋਲੋਂ ਚੌਕੀਦਾਰ ਕੋਲੋਂ ਪੁੱਛੇ ਬਿਨਾਂ ਨਹੀਂ ਜਾ ਸਕਦਾ। ਦਰਵਾਜ਼ੇ ਤੇ ਚੌਕੀਦਾਰ ਕੋਲ ਐਪਲੀਕੇਸ਼ਨ ਉਹਨੂੰ ਦਿੰਦਾ, ਉਹ ਅੰਦਰ ਜਾ ਕੇ ਪਹੁੰਚਾਉਂਦਾ ਹੈ। ਅੰਦਰ ਜਾਣ ਦਾ ਹੱਕ ਉਹਨੂੰ, ਅਭੇਤਾ ਹੁੰਦੀ ਜਿਸ ਘਰ ਦੇ ਕੋਨੇ ਵਿੱਚ ਬਾਹਰਲਾ ਕੋਈ ਆਦਮੀ ਨਹੀਂ ਵੜ ਸਕਦਾ ਬੈਡਰੂਮ ਤੱਕ, ਉੱਥੇ ਘਰ ਦਾ ਨੌਕਰ ਜਾ ਸਕਦਾ। ਤੇ ਘਰ ਦੇ ਨੌਕਰ ਬਾਰੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਉਂ ਆਖ ਦਿੱਤਾ? ਉਹ ਆਪਣੇ ਆਪ ਨੂੰ ਸਮਰਪਿਤ ਹੈ। ਕਹੇ ਕਬੀਰ, ਕਹੇ ਕਬੀਰ ਗੁਲਾਮ ਘਰ ਕਾ, ਮੈਂ ਤੇਰੇ ਘਰ ਦਾ ਨੌਕਰ ਹਾਂ। ਪਹਿਲਾਂ ਨਾਲ ਸ਼ਰਤ ਹੈ, ਤੂੰ ਕੌਣ ਹੈ, ਕੀ ਤੇਰੇ ਕੋਲ ਉਦਾਸ ਬਣਨ ਦਾ ਫੈਸਲਾ ਹੈ? ਗੁਰਬਾਣੀ ਅੰਦਰ ਹੈ, ਗੁਰੂ ਕਹਿੰਦੇ ਨੇ ਦਾਸ ਦੀ ਨਿਸ਼ਾਨੀ ਕੀ ਹੈ? ਘਰ ਬਾਹਰ ਤੇਰਾ ਭਰਵਾਸਾ, ਘਰ ਬਾਹਰ ਤੇਰਾ ਭਰਵਾਸਾ, ਤੂੰ ਜਨ ਕੇ ਹੈ ਸੰਗ। ਲਫ਼ਜ਼ ਨਾਲ ਨਾਲ ਜਨ ਚੱਲ ਰਿਹਾ, ਦਾਸ ਚੱਲ ਰਿਹਾ। ਅਸੀਂ ਵਿੱਚੋਂ ਆਪਣੇ ਮਕਸਦ ਦੇ ਪੂਰਾ ਕਰਨ ਵਾਲੀ ਗੱਲ ਵਿੱਚੋਂ ਕੱਢ ਕੇ ਵੱਖਰੀ ਕਰਦੇ ਹਾਂ, ਉਹਦਾ ਨਤੀਜਾ ਨਿਕਲਦਾ ਹੈ ਕਿ ਅਸੀਂ ਆਪਣੇ ਹੱਥ ਵਿੱਚ ਕੌਲਾ ਜਿਹੜਾ ਨਾ ਉਹ ਪੁੱਠਾ ਰੱਖਣੇ ਆ। ਮੰਗ ਸਾਡੀ ਸਿੱਧੀ ਹੈ, ਮਾਲਕ ਦੇ ਦਰ ਤੇ ਪਹੁੰਚ ਗਏ, ਦਾਤੇ ਨੇ ਦਾਤ ਦੇ ਵੀ ਦਿੱਤੀ, ਪਰ ਕੌਲਾ ਸਿੱਧਾ ਨਹੀਂ ਹੋਇਆ। ਗੁਰੂ ਨੇ ਪਾਣੀ ਵੀ ਚੱਕੇ, ਕੋਟ ਤਤੀਸ ਜਾਚੇ ਪ੍ਰਭ ਨਾਇਕ, ਦਿੰਦੇ ਤੋਠ ਨਹੀਂ ਭੰਡਾਰ। ਉਹਦੇ ਭੰਡਾਰ ਵਿੱਚ ਕੋਈ ਦਿੰਦੇ ਤੋਠ ਨਹੀਂ ਆ ਜਾਣੀ, ਇੰਨੇ ਵੱਡੇ ਖਜ਼ਾਨੇ ਦਾ ਮਾਲਕ ਹੈ। ਪਰ ਇੱਕ ਖਿਆਲ ਕਰੀ, ਉਹ ਤਾਂ ਤੈਨੂੰ ਦੇਗਾ, ਤੂੰ ਫਿਰ ਵੀ ਖਾਲੀ ਰਹਿ ਜਾਏਗਾ, ਕਿਉਂਕਿ ਤੂੰ ਆਪਣੇ ਭਾਂਡੇ ਨੂੰ ਸਿੱਧਾ ਨਹੀਂ ਕਰ ਸਕਿਆ। ਉਹਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਕੋਟ ਤੇਤੀਸ ਜਾਚੇ ਪ੍ਰਭ ਨਾਇਕ, ਦਿੰਦੇ ਤੋਠ ਨਹੀਂ ਭੰਡਾਰ, ਪਰ ਉਹਦੇ ਭਾਂਡੇ ਕੱਛ ਨਾ ਸਮਾਵੇ। ਹਜੇ ਤੱਕ ਤੂੰ ਦਰਦਾਸ ਨਹੀਂ ਬਣੇ, ਤੇ ਰੀਸ ਕਰਕੇ ਆਖ ਰਹੇ ਜੋ ਮੰਗੇ ਠਾਕਰ ਆਪਣੀ ਦਸੋਈ, ਮੈਂ ਇਸ ਲਈ ਆਇਆ। ਤੇ ਦਾਸ ਦੀ ਨਿਸ਼ਾਨੀ ਕੀ ਹੈ? ਉਹ ਤਾਂ ਸਮਰਪਿਤ ਹੈ, ਇੱਥੋਂ ਤੱਕ ਸਮਰਪਿਤ ਹੈ ਕਿ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ, ਭਾਵੇਂ ਮਾਰ ਭਾਵੇਂ ਜੀਵਾ ਤੇ ਭਾਵੇਂ ਮਾਰ, ਤੇਰੀ ਮਰਜ਼ੀ, ਮੈਂ ਤਾਂ ਤੇਰਾ ਬਸ। ਗੁਰੂ ਕਹਿੰਦੇ ਘਰ ਬਾਹਰ ਤੇਰਾ ਭਰਵਾਸਾ, ਜਨ ਕੇ ਹੈ ਸੰਗ, ਕਰ ਕਿਰਪਾ। ਹੁਣ ਅੱਗੇ ਇੱਕ ਅਗਲੀ ਤੋਂ ਪੜ੍ਹੇ, ਜਨ ਕੋ ਨਿਸ਼ਾਨੀ, ਜਨ ਕੋ ਪ੍ਰਭ ਆਪਣੇ ਕਾ ਤਾਰ, ਜੋ ਤੂੰ ਕਰੇ ਕਰਾਵੇ ਸਵਾਮੀ। ਜਨ ਦੀ ਨਿਸ਼ਾਨੀ ਪੜ ਰਹੇ, ਹਰ ਜਣ ਰਾਖੇ ਗੁਰੂ ਗੋਬਿੰਦ, ਉਹ ਨਹੀਂ ਪੜ ਰਹੇ, ਸਿਰਫ ਜੋ ਮੰਗੇ ਠਾਕਰ ਆਪਣੇ ਤੇ ਪੜ ਰਹੇ, ਉਹ ਨਹੀਂ ਸਮਝ ਰਹੇ, ਸਿਰਫ ਇੰਨੀ ਗੱਲ ਸਮਝ ਰਹੇ, ਜਨ ਕੋ ਪ੍ਰਭ ਆਪਣੇ ਕਾ ਤਾਰ, ਜੋ ਤੂੰ ਕਰੇ ਕਰਾਵੇ ਸਵਾਮੀ, ਸਾ ਮਸਲਤ ਪਰਵਾਰ, ਜੋ ਤੂੰ ਕਰੇ ਕਰਾਵੇ।
जन का रूप रंग हर नाम जप कछ परे न पंग हर का नाम जन की वडियाई पर भाषा तो समझ फिर तो अपने आप नु कंपेयर कर भी गल किस हालत में साढ़े ते टुकदी है मेरा जो मांगे ठाकर अपने ते पढ़ लिया ये समझे नहीं भी गुरु जन चाहता है वो चाहता तो गुरु समर्पित हो दास ते जन दोनों लफ्ज श्री गुरु ग्रंथ साहब वखरे वखरे भी आए ने और दोनों की तस्वीर मिलती है रब नाल किड्डी अभिता है आप एक बस पढ़ने हार हर जन दोए एक है जन हरी का जन हरी उनके कोई भेद नहीं हर हर जन दोए एक है बे विचार किसी ना है तो दूजे पास दास के संबंध में भी एक कहते दास अनन मेरो निज रूप उत्थे भी कहते हैं रब विच ते जन विच कोई फर्क नहीं इत्थे भी कहते हैं कि दास अनन जिहड़ा अनन दास है मेरे ते निर्भर है जिहड़ा जिसने जीवन समर्पित कर दिता है उनके विच ते मेरे विच कोई भेद नहीं जो खजाने मेरे ने उसे दी ने जो मांगे ठाकर अपने इत्थे जिहड़े मेरे कोल खड़ालने होंदे हुण केड़ी अजीब गल है भी चौकीदार दरवाजे ते खलोता है अंदरों मालिक कोलों पुछदा है जी बाहर भिखारी बाहर लोड़वंद खड़ा है उन्नू की आखा जो वो आख रहा है वो आके ओहो ही बोल रहा है उन्दी थां ते बोल रहा है कोई भिखारी आख सकता है भी बादशाह मैनू बाहर आखे आखे तू चो आखे तू तो चौकीदार है अगली तो पढ़ो नानक दास इतने नानक को वखरा करना लफज नानक कह रहे हैं क्योंकि गल तो दास नहीं चल रही कहते नानक दास मुखते जो बोले एनी अभेदता हो गई है चौकीदार दी कि अंदरों आके जो गल पे आखदा है भिखारी ओह मन के तुर गया कहता वह कहता कल आवी मेरे बादशाह ने आके कल आवी वो कहते मैं आके बादशाह आके तू कौन हूं एक चौकीदार बनी हुई गल रखना यह नहीं कह सकते कोई तगड़ा ते अमीर आदमी बलवान धक्का मार के चौकीदार को पासे हटा के दरवाजे तो आप अंदर नहीं जा सकता चौकीदार को सजा नहीं सजा उस धक्का मारने वाले उनकी रखवाली का उनकी जिंदगी की हर एक जिम्मेवारी मालिक दे सिर है क्यों क्योंकि उनका गुलाम है जो इतने रुकना उनके चंगे मंदे की उनकी अमीरी गरीबी की उनकी बीमारी की उनके दुखों की उनकी हर लोड़ां नूं पूरियां करन की जिम्मेवारी बादशाह की है पर जदों वो अपना आप उन्हूं समर्पित करके ये आख देवे कि कह कबीर गुलाम करका जे आए भावें मार जिन्नी देर असी यह गल नाल नहीं पढ़ते सबने बाणी नहीं चाहिए पुत्र कलत्र ग्रस्त का फासा साड़ी हालत की है असी संसारक रिश्तिया संसारक जाल विच इन्ने फस गए हैं असी ते रब दे दास हो ही नहीं सकते उनका हुक्म मनन लई तैयार नहीं इत्थे सुनने दरवाजे बाहर जाके भग जाने साड़ी चुप बोलने लई गुरु ने थोड़ा सिखाया सानू किसी का हक खाने लिए रिश्वत लेने लिए गुरु थोड़ा कहना कर पर नहीं गुरु रोकी जाए ऐसे सुनने यार ठीक है दरवाजे निकलने यार साड़ी मर्जी गुलाम किमें हो दास किमें हो जन किमें हो पहले अपने आप को कंपेयर करिए श्री गुरु ग्रंथ साहब की बाणी द्वारा जन की है दास की है ये शब्द दास जन दो लफ्जा के उत्ते खलोता है फिर अगले पास आख्या ने कंठ लगा लाए अपने जन रखे कंठ
ਕਿਉਂ ਟਾਈਮ ਕੰਠ ਲਾਏ ਅਵਗੁਣ ਸਮਵੇਤੇ ਜਦੋਂ ਉਹ ਕੰਠ ਲਾ ਲੈਂਦੇ ਨੇ ਉਹਦੇ ਵਿੱਚੋਂ ਅਵਗੁਣ ਪਹਿਲਾਂ ਮਿਟਦੇ ਨੇ ਸਾਰੇ ਫੈਸਲੇ ਜਿਹੜੇ ਨੇ ਉਹ ਸਾਡੇ ਤੇ ਲਾਗੂ ਹੁੰਦੇ ਨੇ ਜੇ ਅਸੀਂ ਇਹ ਫੈਸਲਾ ਮੰਨ ਲਈਏ ਕਿ ਜੋ ਮੰਗੇ ਠਾਕਰ ਆਪਣੇ ਤੇ ਬਾਕੀ ਫੈਸਲੇ ਨਾ ਮੰਨੀਏ ਜਦੋਂ ਉਹ ਕੰਠ ਲਾਉਂਦਾ ਹੈ ਨਾ ਉਹਦੇ ਦਰ ਤੇ ਥਾਂ ਹੀ ਉਸਨੂੰ ਮਿਲਦੀ ਹੈ ਜਿਹੜਾ ਅਵਗੁਣ ਮੇਟ ਕੇ ਆਏ ਕਿਉਂਕਿ ਦੁੱਖ ਜਿੰਨੇ ਪੈਦਾ ਹੋਣੇ ਨੇ ਉਹ ਸਾਰੇ ਅਵਗੁਣ ਤੋਂ ਹੋਣੇ ਨੇ ਗੁਰੂ ਕਹਿੰਦੇ ਨੇ ਨਾਨਕ ਅਵਗੁਣ ਜੇਤੜੇ ਤੇਤੇ ਗੱਲ ਸੰਜੀ ਇਸੇ ਕਰਕੇ ਰੱਬ ਜਿਹੜਾ ਹੈ ਉਹਦੇ ਕੋਲ ਅਵਗੁਣ ਕੋ ਨਹੀਂ ਗੁਣਵੰਤਾ ਤੂੰ ਫਿਰ ਗੁਣਵੰਤਾ ਅਵਗੁਣ ਆਇਆ ਹੁਣ ਦੋਵਾਂ ਦਾ ਆਪਸੀ ਰਿਸ਼ਤਾ ਕਿਵੇਂ ਹੋਏ ਉਹਨੂੰ ਕੰਠ ਕਿਵੇਂ ਲਾਏ ਕੰਠ ਲਾਉਣ ਦਾ ਮਤਲਬ ਗਲੇ ਮਿਲਣਾ ਜਿਹੜਾ ਗਲੇ ਮਿਲਣਾ ਹੈ ਉਹ ਉਸੇ ਨੂੰ ਮਿਲਿਆ ਜਾਂਦਾ ਜਿਹੜਾ ਬਹੁਤ ਨੇੜੇ ਹੋਵੇ ਉਹਨੂੰ ਕਹਿੰਦੇ ਨੇ ਕੰਠ ਲਾਉਣਾ ਗਲੇ ਲਾਉਣਾ ਕੰਠ ਦਾ ਅਰਥ ਹੁੰਦਾ ਗਲਾ ਗਲੇ ਲਾਉਣਾ ਕੰਠ ਲਾਏ ਤੇ ਨਿਸ਼ਾਨੀ ਕੀ ਹੈ ਅਵਗੁਣ ਸਭ ਮਿਟੇ ਕਿਉਂਕਿ ਉਹ ਗੁਣਵੰਤ ਹੈ ਉੱਥੇ ਅਵਗੁਣ ਥੋੜ੍ਹਾ ਮਿਕਸ ਹੋ ਸਕਦੇ ਨੇ ਨਾਨਕ ਅਵਗੁਣ ਜੇਤੜੇ ਤੇਤੇ ਗਲੀ ਜ਼ੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਸ਼ਬਦ ਆਇਆ ਸੀ ਕਿ ਗੁਣਵੰਤੀ ਤੇ ਅਵਗੁਣਵੰਤੀ ਦਾ ਕੀ ਫਰਕ ਹੈ ਕਹਿੰਦੇ ਨੇ ਅਵਗੁਣਵੰਤੀ ਰੋ ਰਹੀ ਹੈ ਉਹਦੇ ਕੋਲ ਗੁਣ ਨਹੀਂ ਕਿਵੇਂ ਮਿਲਾ ਪਿਛੜ ਗਈ ਤੇ ਜਵਾਬ ਸੀ ਜੇ ਗੁਣਵੰਤੀ ਥੀ ਰਹੇ ਤਾਂ ਵੀ ਗੁਣਵੰਤੀ ਹੋ ਜਾ ਉਹ ਮਾਲਕ ਗੁਣਵੰਤ ਹੈ ਉਹਨੇ ਗਲਤਾਂ ਗਲੇ ਮਿਲੇ ਕੰਠ ਲਾਏ ਤਾਂ ਹੀ ਇਹ ਅਵਗੁਣ ਮਿਟੇ ਹੁਣ ਇਸ ਸਾਰੇ ਸ਼ਬਦ ਦੇ ਚੁਗਿਰਦੇ ਨੂੰ ਵੇਖ ਕੇ ਅਸੀਂ ਇਹ ਸੋਚੀਏ ਵੀ ਉਸ ਗੱਲ ਤੱਕ ਪਹੁੰਚਦੇ ਹਨ ਜੋ ਮੰਗੇ ਠਾਕਰ ਆਪਣੇ ਤੇ ਉਸ ਤੱਕ ਪਹੁੰਚਦੇ ਹਨ ਸਾਡੀਆਂ ਕੀ ਜ਼ਿੰਮੇਵਾਰੀਆਂ ਉਹ ਅਸੀਂ ਨਿਭਾ ਸਕਦੇ ਹਾਂ ਜਾਂ ਨਿਭਾ ਰਹੇ ਹਾਂ ਕਿ ਅਸੀਂ ਉਸ ਕੰਠ ਲਾਏ ਦੇ ਉਸਦੇ ਰਿਸ਼ਤੇ ਦੇ ਕਾਬਲ ਬਣ ਰਹੇ ਹਾਂ ਕਿ ਕੇਵਲ ਵਿੱਚੋਂ ਇੰਨੀ ਕੁ ਗੱਲ ਟੁੱਟ ਰਹੀ ਹੈ ਕਿ ਤੂੰ ਆਖਿਆ ਸੀ ਜੋ ਮੰਗੇ ਠਾਕਰ ਆਪਣੇ ਜਿਹੜੀ ਗੱਲ ਪਹਿਲਾਂ ਆਖੀ ਸੀ ਉਹ ਅਸੀਂ ਪੂਰੀ ਨਹੀਂ ਕਰ ਲਈ ਗੁਰੂ ਨੇ ਐਵੇਂ ਨਹੀਂ ਆਖਿਆ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕੁਸੁੱਧਾ ਕਾਲੀਆਂ ਬਾਹਰੋਂ ਚਿੱਟੀਆਂ ਰੀਸਾਂ ਕਰੇ ਤਿਲਾੜੀਆਂ ਸਿਵੇਂ ਦਰਖੜੀਆਂ ਨਾਲ ਖੁਸ਼ਮੇ ਰੱਖੀਆਂ ਜਿੰਦਾਂ ਦੀ ਏਕਤਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਦਾਸ ਜਿਹਨੂੰ ਅਸੀਂ ਕਹਿੰਦੇ ਹਾਂ ਜਨ ਤੇ ਜਦੋਂ ਜਨ ਬਣ ਜਾਂਦਾ ਹੈ ਉਦੋਂ ਫਿਰ ਇਹ ਵੀ ਕਹਿਣਾ ਪੈਂਦਾ ਹੈ ਹਰ ਹਰ ਜਨ ਦੋਏ ਏਕ ਹੈ ਹਰ ਜਨ ਕੋ ਆਪਦਾ ਨਿਕਟ ਨਾ ਆਵੇ ਹਰ ਜਨ ਕੋ ਆਪਦਾ ਨਿਕਟ ਨਾ ਆਵੇ ਕਿਵੇਂ ਆਵੇ ਕਿਉਂਕਿ ਉਹ ਗੁਲਾਮ ਕਰਦਾ ਹੈ ਆਪਦਾ ਉੱਥੇ ਆ ਹੀ ਨਹੀਂ ਸਕਦੀ ਜੇ ਦੁੱਖ ਰੱਬ ਦੇ ਘਰ ਵਿੱਚ ਆ ਜਾਣ ਤੇ ਸੁਖੀ ਹੋਣ ਲਈ ਕਿੱਥੇ ਜਾਈਏ ਗੁਰੂ ਨੇ ਕਿਉਂ ਵਾਰ ਵਾਰ ਆਖਿਆ ਨਾਨਕ ਭਗਤ ਸਦਾ ਵਿਗਾਸ ਉੱਥੇ ਖੁਸ਼ੀ ਹੈ ਉੱਥੇ ਦੁੱਖ ਕਲੇਸ਼ ਜਾ ਹੀ ਨਹੀਂ ਸਕਦੇ ਤੇ ਗੁਲਾਮ ਘਰ ਵਿੱਚ ਬੈਠਾ ਉਹ ਦਰਵਾਜ਼ੇ ਤੇ ਵੀ ਨਹੀਂ ਘਰ ਦੇ ਅੰਦਰ ਰਹਿਣ ਦੀ ਉਹਨੂੰ ਇਜਾਜ਼ਤ ਹੈ ਪਰ ਉਹਨੂੰ ਗੁਲਾਮ ਬਣ ਕੇ ਰਹਿਣਾ ਆਉਂਦਾ ਹੋਵੇ ਜਿਹੜੇ ਅਗਲੇ ਪਾਸੇ ਲੁਕਦੇ ਨੇ ਕਹਿ ਕਬੀਰ ਗੁਲਾਮ ਕਰਕਾ ਜੀ ਆਏ ਭਾਵੇਂ ਮਾਰ ਭਾਵੇਂ ਮਾਰ ਭਾਵੇਂ ਜਵਾਬ ਮੈਂ ਤੇਰਾ ਗੁਰੂ ਨੇ ਗੁਲਾਮੀ ਦਾ ਜ਼ਿਕਰ ਕਰਦੀ ਇਹ ਗੱਲ ਆਖ ਦਿੱਤੀ ਕਹਿ ਸਕਦੀ ਜੇ ਸੁਖ ਦੇ ਤਾਂ ਤੁਝੇ ਆਦੀ ਜੇ ਦੇ
ਸਾਖੀਆਂ ਵਿੱਚ ਬਹੁਤ ਸਾਰਾ ਕੁਝ ਪਿਆ ਹੋਇਆ ਮਨ ਘੜ ਅੱਜ ਸਾਡੇ ਸਾਹਮਣੇ ਆ ਰਿਹਾ ਹੈ। ਲੋਕ ਵਿਚਾਰ ਕਰਨ ਲੱਗ ਪਏ। ਬੇਦਾਵੀ ਦੇ ਇਤਿਹਾਸ ਹੁਣ ਪਛਿਣਾ ਜੋ ਰਹੇ ਸਾਖੀਆਂ ਬਾਅਦ ਵਿੱਚ ਬਣੀਆਂ ਨੇ। ਇੱਕ ਮੈਂ ਫਿਰ ਕਰਦੇ ਹਾਂ, ਸਾਖੀ ਇਤਿਹਾਸ ਜਿਹੜਾ ਉਹਦੇ ਲਿਖਾਰੀ ਹੋਰ ਲੋਕ ਨੇ, ਗੁਰੂ ਨਹੀਂ। ਗੁਰੂ ਤਾਂ ਮਾੜੇ ਹੀ ਬਖਸ਼ ਕਰਦੇ। ਅੱਜ ਕੱਲ੍ਹ ਹੀ ਕਿਸੇ ਵੀਰ ਨੇ ਬੜਾ ਸੋਹਣਾ ਖੂਬਸੂਰਤ ਲਿਖਿਆ, ਉਹ ਕਹਿੰਦੇ ਬੜੀ ਅਜੀਬ ਗੱਲ ਹੈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਹੋਣ, ਹੋਵੇ ਸਿੱਖ ਹੋਵੇ ਸਿੱਖ, ਤੇ ਕੇਵਲ ਭੁੱਖ ਤੋਂ। ਜਾਂ ਤਾਂ ਇਹ ਨਾ ਵੀ ਗੁਰੂ ਨੇ ਪ੍ਰਸ਼ਾਦ ਛੱਕ ਲਿਆ ਹੋਵੇ ਤੇ ਸਿੱਖ ਨੂੰ ਨਾ ਦਿੱਤਾ ਹੋਵੇ। ਗੁਰੂ ਤਾਂ ਆਪਣੇ ਬੱਚੇ ਵੀ ਕੁਰਬਾਨ ਕਰਨ ਲਈ ਤਿਆਰ ਬੈਠਾ ਹੋਵੇ ਤੇਰੇ ਤੋਂ। ਸਿੱਖ ਕੇਵਲ ਭੁੱਖ ਤੋਂ ਇਹ ਲਿਖ ਕੇ ਦੇ ਦੇਵੇ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੇ, ਫਿਰ ਜੀ ਆਏ ਭਾਵੇਂ ਮਾਰ ਵਾਲੀ ਗੱਲ ਕਿਵੇਂ ਆਖੀ। ਬਹੁਤ ਕੁਝ ਐਸੇ ਮਸਲੇ ਸਾਡੇ ਸਾਹਮਣੇ ਅੱਜ ਗੁਰਬਾਣੀ ਦੀ ਕਸੌਟੀ ਤੇ ਪਰਖ, ਕਿਉਂਕਿ ਜਿੰਨੇ ਗੁਰਦੁਆਰੇ ਵੀ ਬਣੇ ਨੇ ਉਹਨਾਂ ਸਾਖੀਆਂ ਦੇ ਇਤਿਹਾਸ ਦੇ ਆਧਾਰ ਤੇ ਬਣੇ ਨੇ। ਪਹਿਲਾਂ ਗੁਰਦੁਆਰੇ ਨਹੀਂ ਬਣੇ, ਪਹਿਲਾਂ ਸਾਖੀਆਂ ਬਣੀਆਂ ਨੇ, ਪਹਿਲਾਂ ਇਤਿਹਾਸ ਬਣੇ ਨੇ। ਇਤਿਹਾਸ ਦੇ ਲਿਖਾਰੀ ਕੋਈ ਹੋਰ ਮਨੁੱਖ ਨੇ। ਅੱਜ ਜਿਉਂ ਜਿਉਂ ਉਹਨਾਂ ਮਨੁੱਖਾਂ ਬਾਰੇ ਸਾਡੇ ਸਾਹਮਣੇ ਗਿਣਤੀ ਆ ਰਹੀ, ਅਸੀਂ ਪੜਚੋਲ ਵਿੱਚ ਪਏ ਹੋਏ ਹਾਂ ਵੀ ਕਿਹੜੀ ਅਖੀਰ 'ਤੇ ਇੱਕੋ ਹੀ ਫੈਸਲਾ ਜਚਦਾ ਵੀ ਸਾਖੀ ਉਹ ਮੰਨੋ ਜਿਹੜੀ ਸ੍ਰੀ ਗੋਬਿੰਦ ਸਾਹਿਬ ਦੀ ਬਾਣੀ ਦੇ ਕਸਵੱਟੀ 'ਤੇ ਪੂਰੀ ਉਤਰਦੀ। ਹੁਣ ਸ੍ਰੀ ਗੋਬਿੰਦ ਸਾਹਿਬ ਦੀ ਬਾਣੀ ਤਾਂ ਇਹ ਆਖ ਰਹੀ ਹੈ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਸੁਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਨਹੀਂ ਕਿ ਨਿਰਾ ਦੁੱਖ ਨਹੀਂ ਮੰਨਣੇ, ਕਹੀ ਜਾਣਾ ਦੁੱਖ ਦੇ ਵਿੱਚ ਹੁੰਦਿਆਂ ਹੋਇਆਂ ਦੁੱਖ ਨਾ ਮੰਨੇ। ਇਹ ਨਹੀਂ ਵੀ ਦੁੱਖ ਆਵੇ ਨਾ, ਦੁੱਖ ਆਵੇ ਪਰ ਆਇਆ ਹੋਇਆ ਦੁੱਖ ਵੀ ਦੁੱਖ ਨਾ ਮੰਨੇ। ਫੈਸਲਾ ਗੁਰਬਾਣੀ ਵਿੱਚ ਦੇ ਰਿਹਾ, ਜੋ ਨਾਰੇ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇ ਅਰ ਪੈ ਨਹੀਂ ਜਾਕੇ, ਅਰ ਪੈ ਨਹੀਂ ਜਾਕੇ, ਤੈਨੂੰ ਜਨਮ ਮਾਟੀ ਮਾਨੇ, ਨਾ ਨਿੰਦਿਆ ਨਾ ਉਸਤਤ ਜਾਕੇ, ਗੁਲਾਮ ਘਰ ਕਾ। ਆਇਆ ਹੋਇਆ ਬੰਦਾ ਜਿਹੜਾ ਦਰਵਾਜ਼ੇ ਦੇ ਖੋਲ੍ਹਦਾ, ਉਹ ਗਾਲਾਂ ਕੱਢ ਲੈ ਜੋ ਮਰਜ਼ੀ ਕਹਿ ਲੈ, ਉਹ ਚੰਗਾ ਆਖੇ ਮੰਦਾ ਆਖੇ, ਇਸ ਗੱਲ ਦਾ ਪ੍ਰਵਾਹ ਚੌਕੀਦਾਰ ਗੁਲਾਮ ਕਰਦਾ, ਨੌਕਰ ਨਹੀਂ ਕਰਦਾ। ਉਹ ਕਹਿੰਦਾ ਮੈਂ ਤਾਂ ਮਾਲਕ ਦਾ ਹੁਕਮ ਮੰਨਦਾ ਹਾਂ, ਮੇਰਾ ਜੀਵਨ ਮੌਤ ਉਹਦੇ ਹੱਥ ਵਿੱਚ ਹੈ। ਸਰਗੁਣ ਦੀ ਬਾਣੀ ਵਿੱਚ ਦਾਸ ਦੀ ਪਰਿਭਾਸ਼ਾ ਬੜੇ ਖੂਬਸੂਰਤ ਲਫ਼ਜ਼ਾਂ ਵਿੱਚ ਕੀਤੀ, ਕਹਿਣ ਲੱਗੇ ਹੋ ਦਾਸ ਰੋ ਠਾਕੁਰ ਕੋ, ਮੈਂ ਆਪਣੇ ਮਾਲਕ ਦਾ ਦਾਸ ਹਾਂ, ਉਸੇ ਦਾ ਦਿੱਤਾ ਖਾਣਾ, ਮਤ ਕੋਈ ਮੈਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੇ। ਹੋ ਦਾਸ ਰੋ ਠਾਕੁਰ ਕੋ, ਪਾਨ ਪ੍ਰਭ ਕਾ ਖਾਣਾ, ਮੈਂ ਉਹਦਾ ਦਿੱਤਾ ਹੀ ਖਾਣਾ, ਮੇਰਾ ਮਾਲਕ ਬੜਾ ਮਹਾਨ ਹੈ,
ਚਤੁਰਦਸ਼ਾ ਕਿਨੂੰ ਬਾਲਾ ਆਪਣਾ ਸਿਰ ਉੱਪਰ ਕਰ ਧਾਰਿਓ। ਉਹਦਾ ਹੀ ਮੇਰੇ ਸਿਰ ਤੇ ਹੱਥ ਹੈ, ਮੈਂ ਕਿਸੇ ਦੀ ਪਰਵਾਹ ਕਿਵੇਂ ਕਰਾਂ। ਇਹ ਹੈ ਦਾਸ, ਕੇਵਲ ਤੇ ਕੇਵਲ ਰੱਬ ਦਾ ਬਣਨਾ। ਦਰਵਾਜ਼ੇ ਦਰਵਾਜ਼ੇ ਤੇ, ਡੇਰਿਆਂ ਤੇ, ਸਾਧਾਂ ਸੰਤਾਂ ਤੇ ਫਿਰ ਫਿਰ ਕੇ ਸਲਾਮਾਂ ਕਰਕੇ ਆਪਣੀਆਂ ਮੰਗਾਂ ਦੀ ਲਿਸਟ ਲੈ ਕੇ ਤੁਰਿਆ ਫਿਰਨਾ, ਇਹ ਰੱਬ ਦਾ ਦਾਸ ਨਹੀਂ। ਗੁਰੂ ਕਹਿੰਦੇ ਨੇ, ਐਸੋ ਹੈ ਰੇ ਖਸਮ ਹਮਾਰਾ, ਖਿਣ ਮੈਂ ਸਾਜ ਸਵਾਰ ਨਹਾਰਾ, ਕਹਿਣ ਲੱਗੇ ਇਹੋ ਕਾਰਨ ਹੈ, ਕਾਮ ਕਰੀ ਜੇ ਠਾਕਰ ਪਵਾਂ। ਇਹ ਹੈ ਦਾਸ, ਮੈਂ ਉਹੋ ਹੀ ਕੰਮ ਕਰਾਂਗਾ ਜੋ ਮੇਰੇ ਰੱਬ ਨੂੰ ਚੰਗਾ ਲੱਗਦਾ। ਇਹ ਸਾਰਾ ਕੁਝ ਸਾਡੇ ਤੇ ਆਇਤ ਹੁੰਦਾ ਹੈ, ਮੇਰਾ ਜੋ ਮੰਗੇ ਠਾਕਰਾ ਆਪਣੇ ਤੇ ਆਇਤ ਨਹੀਂ ਹੁੰਦਾ, ਉਹਦੇ ਤੋਂ ਪਹਿਲਾਂ ਹੁੰਦਾ ਹੈ। ਦਾਸ ਕੀ ਹੈ, ਕੰਮ ਕਰੀ ਜੇ ਠਾਕਰ ਭਾਣਾ, ਮੈਂ ਹਰ ਕੰਮ ਉਹ ਕਰਾਂਗਾ ਜੋ ਮੇਰੇ ਰੱਬ ਨੂੰ ਚੰਗਾ ਲੱਗਦਾ, ਜੋ ਮੇਰੇ ਗੁਰੂ ਨੂੰ ਚੰਗਾ ਲੱਗਦਾ। ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ, ਮੈਂ ਗੀਤ ਕਾਵ ਜੇ ਸਿਫਤ ਸਲਾਹ ਵੀ ਕਰਾਂਗਾ ਤਾਂ ਆਪਣੇ ਪ੍ਰਭੂ ਨੂੰ, ਆਪਣੇ ਮਾਲਕ ਦੀ, ਜਿਸ ਦੇ ਦਰਵਾਜ਼ੇ ਦਾ ਦਾਸ ਹਾਂ, ਜਿਹਦੇ ਘਰ ਦਾ ਗੁਲਾਮ ਹਾਂ, ਜਿਹਦੇ ਹੁਕਮ ਨੇ ਮੈਨੂੰ ਇੰਨੀ ਸ਼ਕਤੀ ਦਿੱਤੀ ਹੈ ਕਿ ਮੈਂ ਅੰਦਰੋਂ ਬਾਹਰ ਆ ਕੇ ਜੋ ਮੇਰਾ ਮਾਲਕ ਚਾਹੁੰਦਾ ਲੋਕਾਂ ਨੂੰ ਉਹੀ ਹੁਕਮ ਸੁਣਾਉਣਾ, ਅਤੇ ਲੋਕ ਮੇਰੀ ਜ਼ਬਾਨ ਤੋਂ ਨਿਕਲੇ ਹੋਏ ਹੁਕਮ ਨੂੰ ਵੀ ਉਸੇ ਤਰ੍ਹਾਂ ਮੰਨ ਜਾਂਦੇ ਨੇ ਵੀ ਇਹ ਅੰਦਰੋਂ ਬਾਦਸ਼ਾਹ ਕੋਲੋਂ ਆਇਆ। ਆਖੀਰਲੀ ਲਾਈਨ ਹੋਈ, ਕਹਿਣ ਲੱਗੇ ਨਾਨਕ ਦਾਸ ਮੁੱਖ ਤੇ ਜੋ ਬੋਲੇ, ਜਿਹੜਾ ਦਾਸ ਹੈ ਨਾ ਉਹਦੇ ਕੋਲ ਇੰਨੀ ਪਹੁੰਚ ਹੋ ਜਾਂਦੀ ਹੈ ਕਿ ਉਹ ਜੋ ਕੁਝ ਬੋਲਦਾ ਇਹੋ ਸੱਚ ਹੋਵੇ। ਉਹ ਹੱਥਾਂ ਤੇ ਉਸੇ ਦੀ ਮਾਨਤਾ, ਜਿਵੇਂ ਰੱਬ ਦਾ ਕਿਹਾ ਹੋਇਆ ਹੱਥਾਂ ਤੇ ਸੱਚ ਹੈ ਨਾ, ਇਸੇ ਤਰ੍ਹਾਂ ਦਾਸ ਦਾ ਪਰ ਉਹ ਦਾਸ ਜਿਆਏ ਭਾਵੇਂ ਮਾਰ ਵਾਂਗੂ ਸਮਰਪਿਤ ਹੋਵੇ। ਹੁਣ ਅਸੀਂ ਸਾਰਾ ਸ਼ਬਦ ਜਦੋਂ ਪੜ੍ਹਾਂਗੇ ਉਹਦੇ ਵਿੱਚ ਵੇਖਾਂਗੇ, ਬਾਰ ਬਾਰ ਜਾਣਦਾ ਲਫ਼ਜ਼ ਹੈ, ਆਪਣੇ ਕੰਠ ਲਾਉਣ ਦਾ ਜਨ ਨੂੰ ਮਸਲਾ, ਜਨ ਜੋ ਮੰਗੇ ਉਹਨੂੰ ਦੇਣ ਦਾ, ਜਨ ਦੀ ਸ਼ਕਤੀ ਕਿ ਜੋ ਉਹ ਬੋਲਦਾ, ਕਿਉਂਕਿ ਉਹ ਕਹਿੰਦਾ ਮੈਂ ਆਪੇ ਨਹੀਂ ਬੋਲਦਾ। ਜੇ ਆ ਕੇ ਬਾਹਰ ਕੋਈ ਹੁਕਮ ਸੁਣਾਵੇ ਵੀ ਆਲ ਅੱਜ ਨਹੀਂ ਪਰਸੋਂ ਆਈ, ਤੇ ਉਹ ਕਹਿ ਸਕਦਾ ਬਾਦਸ਼ਾਹ ਮੈਨੂੰ ਦੱਸੇ, ਉਹ ਕਹਿੰਦੇ ਨਹੀਂ, ਜੋ ਮੈਨੂੰ ਬਾਦਸ਼ਾਹ ਨੇ ਦੱਸ ਆਖਿਆ ਮੈਂ ਤੁਹਾਨੂੰ ਉਹ ਹੀ ਸੁਣਾ ਰਿਹਾ। ਤੇ ਕਿੱਥੇ ਵੀ ਗੁਰੂ ਨਾਨਕ ਨੇ ਇਹੋ ਆਖਿਆ, ਕਹਿਣ ਲੱਗੇ ਨਾਨਕ ਦਾਸ ਮੁੱਖ ਤੇ ਜੋ ਬੋਲੇ ਇਹ ਉਹ ਸੱਚ ਹੋਵੇ। ਕਿਉਂ? ਕਿਉਂਕਿ ਦਾਸ ਆਪੇ ਨਹੀਂ ਬੋਲਦਾ, ਜਿਉਂ ਬੁਲਾਵੋ ਰੋਜ਼ ਪੜ੍ਹੀ, ਜਿਉਂ ਬੁਲਾਵੋ ਕਿਉਂ ਨਾਨਕ ਦਾਸ ਬੋਲੇ। ਜਿਹੜਾ ਨਾਨਕ ਦਾਸ ਹੈ ਨਾ ਉਹ ਵੀ ਜਿਵੇਂ ਬੁਲਾਉਂਦਾ ਹੈ ਮਾਲਕ ਉਵੇਂ ਹੀ ਬੋਲਦਾ ਹੈ, ਜਿਵੇਂ ਅੰਦਰੋਂ ਆ ਕੇ ਰਾਜੇ ਦੇ ਦਰਬਾਰ ਵਿੱਚੋਂ ਬਾਹਰ ਹੁਕਮ ਸੁਣਾਉਣ ਵਾਲਾ ਕਹਿੰਦਾ ਕਿ ਮੈਂ ਨਹੀਂ ਜੇ ਕਹਿੰਦਾ, ਮੈਨੂੰ ਜਿਵੇਂ ਬਾਦਸ਼ਾਹ ਨੇ ਆਖਿਆ ਮੈਂ ਤੁਹਾਨੂੰ ਉਵੇਂ ਕਹਿ ਰਿਹਾ। ਤੋ ਇਹ ਹੈ ਅਪੇਤਾ, ਜਿਹਦੇ ਕੋਲ ਇਹ ਸਾਰੀ ਸ਼ਕਤੀ ਆ ਜਾਂਦੀ ਹੈ। ਅਸੀਂ ਵਿੱਚੋਂ ਇੱਕ ਲਾਈਨ ਲਈ ਸਾਰੇ ਸ਼ਬਦ ਨੂੰ ਕੰਪੇਅਰ ਕਰੀਏ, ਫਿਰ ਪਤਾ ਲੱਗੇਗਾ ਗੁਰੂ ਕਹਿੰਦਾ
समाजिक संसारिक दी खुशी संसार दी खुशी दुनिया दे आर विच लगे हुए जंजाल विच फसे हुए पुत्र कलत्र ग्रस्त का फासा होन ना पाईए राम के दासा। उन्हों फिर और कुछ नहीं सीखता। बाबा नामदेव जी की एक लाइन बड़ी साझी करें कहने लगे राम संग नामदेव जन को प्रतिज्ञा आई। रब के नेड़े होने दे राम का जन बनन तो बाद नामदेव ने एक फैसला किया प्रतिज्ञा की कि स्पष्ट लफ्ज ने कहते राम संग नामदेव जन को प्रतिज्ञा आई कि एकादशी वर्त रहे काहे को तीर्थ जाए मैं हूँ किसे वर्त दी जप तप दी तीर्थां ते इशनान करन दी वड्डे वड्डे चक्कर लाने दी लोड़ ही नहीं रही मैं तो एक राम दा बन गया थी उसे दा हो गया। गुरबाणी विच बाबा नामदेव कहते राम संग नामदेव जन को प्रतिज्ञा आई एकादशी वर्त रहे काहे को तीर्थ जाए मैं हूँ क्यों करना तीर्थां ते जाके तीर्थ न बन जाऊं तीर्थ नाम है तीर्थ शब्द विचार अंतर ज्ञान है तो यूं अवगुण मिट जाते हैं अवगुण छोड़ गुणा को दहावो कर अवगुण पछता ही जियो इसलिए सानू सर अवसर का पता होना चाहिए दास की है जन की है गुलाम घर का दास जन तां बनता है जदों समर्पित हो जाए कि तेरी मर्जी विच जीऊंगा मेरे जीवन का हर कर्म होवे पर तेरी मर्जी नाल जिवें तू आखे तो कहे सन दास दी की निशानी है जन दी की निशानी कर बाहर तेरा प्रवासा तू जन के है संग ते अगले पासे रवासा जन को प्रभ अपने का तान जो तू करें करावे स्वामी सामस्त प्रभा गुरु नू रब नू समर्पित हो जाना दास बनाउंदा है जन बनाउंदा है ये शर्त है ते जदों ओ गुरु रब नू समर्पित हो जांदा है ते उंदे अनुसार जीवन जीउंदा है फिर प्रभु दे मालक दे सारे खजाने उंदे लई हो जांदे ने जो मांगे ठाक कर अपने ते इना लफ्ज़ां नाल के मांदा जा चुका फतेह बुलाओ वाहेगुरु जी का खालसा वाहेगुरु जी की फतेह।